ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਰਜ਼ੇ ਤੋਂ ਤੰਗ ਆ ਕੇ ਆਏ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ, ਜਿੱਥੇ ਇੱਕ ਆੜ੍ਹਤੀ ਤੋਂ ਤੰਗ ਆ ਕੇ ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ 'ਚ ਕਰਜ਼ ਤੋਂ ਤੰਗ ਆ ਕੇ ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਦੀ ਪਹਿਚਾਣ ਕਸ਼ਮੀਰ ਸਿੰਘ ਵਾਸੀ ਬਸਤੀ ਪਾਲ ਸਿੰਘ ਥਾਣਾ ਮੱਲਾਵਾਲਾ ਵਜੋਂ ਹੋਈ ਹੈ। ਪੀੜਤ ਕਿਸਾਨ ਦੇ ਪਿਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆੜ੍ਹਤੀਆ ਗੁਰਾ ਸਿੰਘ ਵਾਸੀ ਖੁਸ਼ਹਾਲ ਸਿੰਘ ਵਾਲੀ ਨਾਲ ਕੋਰਟ 'ਚ ਕੇਸ ਚੱਲਿਆ ਸੀ, ਪਰ ਫਿਰ ਵੀ ਆੜ੍ਹਤੀ ਵੱਲੋਂ ਪੁਲਿਸ ਨਾਲ ਮਿਲ ਕੇ ਉਸਦੇ ਪਿਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਘਰੋਂ ਚੁੱਕ ਕੇ ਲਿਜਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸ ਦੇ ਚੱਲਦਿਆਂ ਉਸਦਾ ਪਿਤਾ ਸਵੇਰੇ ਘਰੋਂ ਗੁਰਦੁਆਰਾ ਸਾਹਿਬ ਲਈ ਨਿਕਲਿਆ ਸੀ, ਪਰ ਜਦੋਂ ਵਾਪਸ ਨਾ ਆਇਆ ਤਾਂ ਉਸਦੀ ਭਾਲ ਕੀਤੀ ਗਈ ਤਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਦੱਸਿਆ ਕਿ ਉਸਦੇ ਪਿਤਾ ਦਾ ਮੋਟਰਸਾਈਕਲ ਗੁਰਦੱਤੀ ਵਾਲਾ ਹੈੱਡ ਤੇ ਖੜਾ ਹੈ, ਜਿਸ ਤੋਂ ਬਾਅਦ ਜਦੋਂ ਉੱਥੇ ਪਹੁੰਚੇ ਤਾਂ ਉਸਦੇ ਪਿਤਾ ਦਾ ਮੋਟਰਸਾਈਕਲ ਅਤੇ ਕੱਪੜੇ ਪਏ ਹੋਏ ਸਨ, ਜਿਸ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਾਡਾ ਨਾਂ ਆੜ੍ਹਤੀ ਨਾਂ ਸੀਗਾ ਰੌਲਾ। ਅੱਛਾ ਜੀ। ਆੜ੍ਹਤੀ ਦਾ ਨਾਂ ਕੀ? ਆੜ੍ਹਤੀ ਦਾ ਨਾਂ ਜੀ ਗੁਰਾ ਸਿੰਘ। ਹਾਂਜੀ। ਅੱਛਾ। ਗੁਰਾ ਸਿੰਘ ਜੱਟ ਬਸਤੀ ਖੁਸ਼ਹਾਲ ਸਿੰਘ ਜੀ, ਅਤੇ ਉਹਦੇ ਵਿੱਚ ਯਾਨੀ ਕਿ ਜਿਹੜੀ ਫਸਲ ਅਸੀਂ ਸਿੱਟੀ ਸੀ ਉਹਦੇ ਵਿੱਚ ਸਾਨੂੰ ਹਰੇਕ ਸਾਲ ਆਪਣੇ ਉਹਦੇ ਵਿੱਚ ਨਾ ਯਾਨੀ ਕਿ ਜਿਹੜੀਆਂ ਪਰਤੀਆਂ ਮਿਲਦੀਆਂ ਹਰ ਦੇ ਵਿੱਚ ਫਰਕ ਨਿਕਲਦਾ ਸੀ ਹਰੇਕ ਸਾਲ ਹੀ ਸਾਡਾ। ਐਤਕੀ 2 ਲੱਖ ਦਾ ਨਿਕਲਿਆ ਕਣਕ ਵਾਰੀ, ਅਤੇ ਉਹਦੇ ਵਿੱਚ ਕਣਕ ਬਾਪੂ ਨੇ ਜਿਹੜੀ ਵੇਚੀ ਸੀਗੀ ਉਹਦੇ ਵਿੱਚ ਸਾਨੂੰ ਉਹਨਾਂ ਜਵਾਬ ਦਿੱਤਾ ਬਾਅਦ ਦੇ ਵਿੱਚ ਵੀ ਸਾਡੀ ਭੰਡੀ ਕਰਦਾ ਬਾਪੂ ਵੀ ਫਰਕ ਨਿਕਲਿਆ ਸਾਡਾ। ਅਤੇ ਕਣਕ ਤਲਾ ਕੇ ਸਾਨੂੰ ਉਹਨੇ ਜਵਾਬ ਦਿੱਤਾ ਬਾਪੂ ਨੇ, ਪਤਾ ਨਹੀਂ ਕਿੱਥੋਂ ਫੜ ਦੜ ਕੇ ਮੋਰੋਂ ਆਪਦਾ ਟਾਈਮ ਸਾਰਿਆ। ਅਤੇ ਉਹਦੇ ਵਿੱਚ ਬਾਅਦ 'ਚ ਇਹਨਾਂ ਨੇ ਕੇਸ ਚਲਾ ਦਿੱਤਾ ਜੀ ਸਾਡੇ ਆੜ੍ਹਤੀਆਂ ਨੇ। ਬਾਪੂ ਨੇ ਅੱਗੋਂ ਜਵਾਬ ਦਾ ਦੇ ਦਿੱਤਾ ਕੇਸ ਦੇ ਵਿੱਚ, ਉਹਦੇ ਵਿੱਚ ਅਸੀਂ ਆਪਦੀਆਂ ਪਰਚੀਆਂ ਪੇਸ਼ ਕੀਤੀਆਂ, ਇਹਨੂੰ ਪਤਾ ਲੱਗਾ ਵੀ ਮੇਰਾ ਕੁਛ ਨਹੀਂ ਇਹਦੇ 'ਚ ਬਣਨਾ। ਇਹਨੇ ਫਿਰ ਇੱਕ ਆਪਣੀ ਆਪਣਾ ਮੱਲਾ ਵਾਲਾ ਥਾਣਾ ਛੱਡ ਕੇ ਉੱਥੇ ਜੀਰੇ ਕਿਸੇ ਨਾਲ ਮੁਲਾਜ਼ਮ ਨਾਲ ਲੈਣ ਦੇਣ ਕਰਕੇ ਉੱਥੋਂ ਹੈਗਾ ਲਾਲ ਸਿੰਘ ਇੱਕ ਮੁਲਾਜ਼ਮ ਜਿਹੜਾ ਪਹਿਲਾਂ ਮੱਲਾ ਵਾਲੇ ਵੀ ਲੱਗ ਰਿਹਾ, ਹੌਲਦਾਰ ਰਿਹਾ ਸੀ ਹੁਣ ਥਾਣੇਦਾਰ ਬਣਿਆ। ਹਾਂਜੀ ਹਾਂਜੀ, ਉਹ ਸਿਟੀ ਥਾਣੇ 'ਚ ਆ ਜੀ। ਉਹਨਾਂ ਨੇ ਕੁਛ ਕਰਕੇ ਉਹ ਬਾਪੂ ਨੂੰ ਧਮਕਾਉਂਦਾ ਰਿਹਾ, ਫੋਨ ਲਾ ਕੇ ਅਜੇ ਵੀ ਕਰਲਾ ਮੈਂ ਫੋਨ ਦੇ ਵਿੱਚ ਹੈਗੀਆਂ ਉਹਦੀਆਂ, ਵੀ ਤੁਸੀਂ ਉਹਨਾਂ ਨਾਲ ਦਵਾ ਰਾਜੀਨਾਮਾ ਕਰ ਲਓ, ਨਹੀਂ ਤਾਂ ਤੈਨੂੰ ਮੈਂ ਚੁੱਕ ਕੇ ਲੈ ਜੂੰਗਾ, ਐਂ ਕਰ ਦੂੰਗਾ। ਅੱਜ ਤੜਕੇ ਆਏ ਵੀ ਆ 6-7 ਵਜੇ ਘਰ ਆਪਦੇ ਮੁਲਾਜ਼ਮ ਨਾਲ ਲੈ ਕੇ, ਉਦੋਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਵੀ ਆਹ ਚੱਕਰ ਬਣ ਗਿਆ। ਇਸੇ ਪਰੇਸ਼ਾਨੀ ਵਿੱਚ ਇੱਕ ਤਾਂ ਕੇਸ ਚੱਲਦਾ ਸੀ, ਜਾਂ ਕੇਸ ਦੇ ਵਿੱਚ ਉਹ ਕਹਿੰਦੇ ਸੀ ਜੇ ਮੰਨ ਲਓ ਪੁਲਿਸ ਦੇ ਵਿੱਚ ਕੋਈ ਨਹੀਂ, ਜੋ ਕੇਸ ਹੀ ਆਪਾਂ ਚੱਲਣ ਦਿਆ ਪੁਲਿਸ ਦੇ ਵਿੱਚ ਕੇਸ, ਸਿਰਫ ਉਹ ਧਮਕਾਉਂਦੇ ਸੀ ਵੀ ਇਹੋ ਕਹਿੰਦਾ ਸੀ ਹਰ ਵਾਰੀ ਫੋਨ ਲਾ ਕੇ ਭਾਈ ਤੂੰ ਰਾਜੀਨਾਮਾ ਕਰ ਲਾ ਉਹਨਾਂ ਨਾਲ, ਨਹੀਂ ਤਾਂ ਤੈਨੂੰ ਅੰਦਰ ਕਰ ਦਾਂਗੇ ਪਰਚਾ ਦੇ ਕੇ ਤੇਰਾ ਕੁਛ ਵੀ ਕਰ ਦਾਂਗੇ। ਅਤੇ ਬਾਪੂ ਇਹ ਤਾਂ ਚੁੱਪ ਚਾਪ ਰਹਿੰਦਾ ਸੀ ਕਿ ਬਾ ਕੋਈ ਮਾਤਾ ਦੀ ਪਹਿਲੇ ਸਿਰ 'ਚ ਮੌਤ ਹੋ ਗਈ ਸੀ, ਵੱਡਾ ਵੀਰ ਮੇਰਾ ਉਹ ਬਿਮਾਰ ਪਿਆ ਮੰਜੇ 'ਤੇ, ਅਤੇ ਉਹਦਾ ਕਰਕੇ ਬਾਹਰ ਚੱਲ ਜਾਣਾ ਸ਼ੇਰੇ ਪੈਗ ਲਾ ਕੇ ਸ਼ਾਮ ਨੂੰ ਘਰ ਆ ਗਿਆ, ਪੈ ਗਿਆ ਕੋਈ ਗੱਲ ਨਹੀਂ ਬਾਅਦ, ਪਤਾ ਨਹੀਂ ਕੀ ਮਨ 'ਚ ਉਹਦੇ ਆਇਆ, ਅਤੇ ਤੜਕੇ ਪੋ ਯਾਨੀ ਕਿ 3:30 ਵਜੇ ਕਰਵਾ ਗਿਆ ਸੀ ਉਹ। ਅਤੇ ਇੱਥੇ ਸਾਨੂੰ ਤਾਂ ਕਿਸੇ ਨੇ ਦੱਸਿਆ ਵੀ ਬਾਪੂ ਤੁਹਾਡੇ ਦਾ ਮੋਟਰਸਾਈਕਲ ਉੱਥੇ ਚੋਰਤਾ, ਅਤੇ ਉੱਥੇ ਆ ਕੇ ਵੇਖਿਆ ਜਾਓ ਅਤੇ ਆਹ ਚੱਕਰ ਬਣਿਆ ਪਿਆ। ਇਹ ਕਿੰਨੇ ਕੁ ਵਜੇ ਦੀ ਘਟਨਾ? ਸਵੇਰੇ ਸਵੇਰੇ ਘਰੋਂ ਤਾਂ 3:30-4 ਵਜੇ ਆ ਗਏ ਜੀ, ਕਹਿੰਦੇ ਮੈਂ ਗੁਰਦੁਆਰੇ ਚੱਲਿਆ ਮੈਂ ਆਉਣਾ ਮਾਂ ਮੱਥਾ ਟੇਕ ਕੇ, ਅਤੇ ਮੋਰੋਂ ਮੈਂ ਫੋਨ ਲਾ ਰਿਹਾ ਬਾਅਦ ਕੋਈ ਘੰਟਾ ਦੋ ਵੀ ਲੱਗ ਗਿਆ ਟਾਈਮ ਬਾਅਦ, ਫਿਰ ਮੈਂ ਪਤਾ ਲੈ ਗਿਆ ਗੁਰਦੁਆਰੇ ਗਿਆ ਤਾਂ ਉੱਥੇ ਆਉਂਦੇ ਅਸੀਂ ਖਿਆਲ ਨਹੀਂ ਕੀਤਾ ਦਿਸਿਆ ਕਿਤੇ। ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚ ਕੇ ਜਦੋਂ ਕੱਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਜੇਬ 'ਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਜੀ, ਗੁਰਬਚਨ ਸਿੰਘ ਲੜਕਾ ਹੈ ਤੋਂ ਬਸਤੀ ਪਾਲ ਸਿੰਘ ਪਿੰਡ ਮਾਨੋ ਚੱਲ, ਇਹਦੇ ਪਿਤਾ ਜੀ ਦੇ ਗੁੰਮ ਹੋਏ ਸੀ, ਉਹਨਾਂ ਨੇ ਫੋਨ ਕੀਤਾ ਸੀ, ਇਸ ਸੰਬੰਧ ਅਸੀਂ ਮੌਕੇ 'ਤੇ ਆਏ ਸੀਗੇ ਅਤੇ ਨਹਿਰ 'ਤੇ ਮੌਕਾ ਦੇਖ ਕੇ ਅਸੀਂ ਇਹਨਾਂ ਦਾ ਬਿਆਨ ਹਾਸਲ ਕਰਕੇ ਜੋ ਵੀ ਕਾਰਵਾਈ ਹੈ ਉਹ ਕਰ ਦਿੱਤੀ। ਸਰ ਕੋਈ ਸੁਸਾਈਡ ਨੋਟ ਵੀ ਮਿਲਿਆ ਦੱਸਦੇ? ਹਾਂ, ਸੁਸਾਈਡ ਨੋਟ ਮਿਲਿਆ, ਉਹ ਅਸੀਂ ਬਿਆਨ ਲਿਖ ਕੇ ਜਾਂ ਸੁਸਾਈਡ ਨੋਟ ਦੇ ਆਧਾਰ 'ਤੇ ਕਾਰਵਾਈ ਕਰਾਂਗੇ, ਅੱਗੇ ਤਫਤੀਸ਼ ਕੀਤੀ ਜਾਊਗੀ ਜੋ ਵੀ ਹੋਊਗਾ ਇਹਨਾਂ ਦੇ ਬਿਆਨ ਮੁਤਾਬਕ ਜਾਂ ਸੁਸਾਈਡ ਨੋਟ ਮੁਤਾਬਕ। ਸਰ ਕੁਛ ਪਤਾ ਲੱਗਾ ਕੀ ਲਿਖਿਆ ਸੀਗਾ? ਨਹੀਂ ਅਜੇ ਪੜ੍ਹਿਆ ਨਹੀਂ, ਮੈਂ ਹੁਣੇ ਆਇਆ ਜੀ। ਕਿਸਾਨਾਂ ਵੱਲੋਂ ਖੁਦਕੁਸ਼ੀ ਦਾ ਰਸਤਾ ਅਪਣਾਉਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਵੱਲ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ।